ਪੱਥਰਾਂ ਦੇ ਨਾਲ ਭਰੇ ਇੱਕ ਟਿੱਪਰ ਦਾ ਅਚਾਨਕ ਟਾਇਰ ਫਟਿਆ, ਜਿਸ ਤੋਂ ਬਾਅਦ ਟਿੱਪਰ ਕਈ ਪਲਟੀਆਂ ਖਾਂਦਾ ਹੋਇਆ ਡਿਵਾਈਡਰ ਦੇ ਉੱਤੇ ਜਾ ਪਲਟਿਆ। ਤਾਂ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਟਿੱਪਰ ਜੋ ਹੈ ਉਹ ਪਲਟਿਆ ਹੋਇਆ ਡਿਵਾਈਡਰ 'ਤੇ ਨਜ਼ਰ ਆ ਰਿਹਾ। ਦੱਸਿਆ ਜਾ ਰਿਹਾ ਕਿ ਟਿੱਪਰ ਜੋ ਹੈ ਉਹ ਪੱਥਰਾਂ ਦੇ ਨਾਲ ਭਰਿਆ ਹੋਇਆ ਸੀ, ਅਤੇ ਅਚਾਨਕ ਹੀ ਇਸਦਾ ਜਦੋਂ ਅਗਲਾ ਟਾਇਰ ਫਟ ਜਾਂਦਾ, ਸਪੀਡ ਜ਼ਿਆਦਾ ਹੋਣ ਦੇ ਕਾਰਨ ਇਹ ਬੇਕਾਬੂ ਹੋ ਜਾਂਦਾ, ਅਤੇ ਬੇਕਾਬੂ ਹੋਣ ਤੋਂ ਬਾਅਦ ਜਦੋਂ ਚਾਲਕ ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਤੋਂ ਬਾਅਦ ਇਹ ਕਈ ਪਲਟੀਆਂ ਖਾਂਦਾ ਹੋਇਆ ਸੜਕ ਦੇ ਉੱਤੇ ਜਾ ਕੇ ਸਿੱਧਾ ਹੀ ਡਿਵਾਈਡਰ ਦੇ ਉੱਪਰ ਚੜ ਜਾਂਦਾ, ਅਤੇ ਉੱਥੇ ਪਲਟੀ ਹੋ ਜਾਂਦਾ, ਜਿਸ ਤੋਂ ਬਾਅਦ ਸਾਰੇ ਹੀ ਪੱਥਰ ਸੜਕ ਦੇ ਉੱਪਰ ਖਿੰਡ ਜਾਂਦੇ ਨੇ, ਜਿਸ ਤੋਂ ਬਾਅਦ ਮੌਕੇ 'ਤੇ ਹੁਣ SSF ਦੀ ਟੀਮ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ SSF ਦੇ ਵੱਲੋਂ ਚਾਲਕ ਨੂੰ ਪਹਿਲਾਂ ਫਸਟ ਏਡ ਦਿੱਤੀ ਗਈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਚਾਲਕ ਦੇ ਹਲਕੀਆਂ ਸੱਟਾਂ ਲੱਗੀਆਂ ਨੇ, ਗਨੀਮਤ ਰਹੀ ਹੈ ਕਿ ਉਸਦੀ ਜਾਨ ਬਚ ਗਈ, ਪਰ ਕਿਤੇ ਨਾ ਕਿਤੇ ਇੱਕ ਵੱਡਾ ਹਾਦਸਾ ਹੋਣ ਤੋਂ ਵੀ ਬਚਾ ਰਿਹਾ। ਤਾਂ ਇਹ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਟਿੱਪਰ ਦਾ ਟਾਇਰ ਫਟਣ ਦੇ ਕਾਰਨ ਪਲਟੀ ਹੋਇਆ। ਗਨੀਮਤ ਰਹੀ ਹੈ ਕਿ ਆਲੇ ਦੁਆਲੇ ਹੋਰ ਕੋਈ ਗੱਡੀ ਨਹੀਂ ਸੀ ਜਾ ਰਹੀ, ਨਹੀਂ ਤਾਂ ਕੋਈ ਨਾ ਕੋਈ ਵੱਡਾ ਹਾਦਸਾ ਜ਼ਰੂਰ ਵਾਪਰ ਸਕਦਾ ਸੀ। ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਚਾਲਕ ਦੇ ਵੱਲੋਂ ਵੀ ਆਪਣੀ ਸਮਝਦਾਰੀ ਦਿਖਾਈ ਗਈ, ਜਿਸ ਤੋਂ ਬਾਅਦ ਚਾਲਕ ਨੇ ਹੀ ਕਿਹਾ ਜਾ ਰਿਹਾ ਕਿ ਜਦੋਂ ਉਸਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਜੋ ਹੈ ਉਹ ਡਿਵਾਈਡਰ ਦੇ ਉੱਪਰ ਚੜ ਜਾਂਦੀ ਹੈ, ਜਿਸ ਤੋਂ ਬਾਅਦ ਗੱਡੀ ਪਲਟੀ ਹੋ ਜਾਂਦੀ ਹੈ ਅਤੇ ਉਸਦੇ ਵਿੱਚ ਚਾਲਕ ਦੇ ਗੰਭੀਰ ਸੱਟਾਂ ਲੱਗਦੀਆਂ ਨੇ। ਤਾਂ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਇਹ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ, ਪਰ ਇਸ ਸਮਝਦਾਰੀ ਨੇ ਕਿਤੇ ਨਾ ਕਿਤੇ ਕਈ ਲੋਕਾਂ ਦੀ ਜਾਨ ਵੀ ਜੋ ਹੈ ਉਹ ਜ਼ਰੂਰ ਬਚਾ ਦਿੱਤੀ ਹੈ। ਹਾਜੀ ਫੁਰ ਤੋਂ ਆਉਂਦੇ ਸੀ ਭਰ ਕੇ, ਕਿਹੜੀ ਜਗ੍ਹਾ ਜਾਣਾ ਸੀ? ਜਾਣਾ ਸੀ ਬਟਾਲੇ ਜਾਣਾ ਹੈ। ਕਿਸ ਤਰ੍ਹਾਂ ਪਲਟ ਗਿਆ? ਅਗਲਾ ਟਾਇਰ ਪਲਟਣ ਕਰਕੇ ਗੱਡੀ ਖਿੱਚ ਕੇ ਲੈ ਗਈ ਅਤੇ ਗੱਡੀ ਨਾਲ ਹੀ ਪਲਟ ਗਈ। ਇਕੱਲੇ? ਹਾਂਜੀ ਇਕੱਲੇ। ਸੱਟਾਂ ਵਗੈਰਾ ਲੱਗੀਆਂ ਤੁਹਾਡੇ? ਹਾਂਜੀ ਸੱਟਾਂ ਫੋੜੀਆਂ, ਮੱਥੇ ਲੱਗੀਆਂ ਮਾੜੀ ਮੋਟੀਆਂ। ਕਿਸ ਤਰ੍ਹਾਂ ਲੱਗੇ? ਇਸ ਤੋਂ ਬਾਹਰ ਕਿੱਦਾਂ ਕੱਢਿਆ ਵਾ? ਬਾਹਰ ਪੁਲਿਸ ਵਾਲਿਆਂ ਨੇ ਕੱਢਿਆ ਆਣ ਕੇ। ਹਾਂਜੀ ਲੋਕ ਭਗਵੰਤ ਮਾਨ ਦਾ ਉਪਰਾਲਾ ਹੈਗਾ, ਤੁਸੀਂ ਇਕੱਠਾ ਫੋਰਸ ਜਿਹੜੀ ਆ ਰਾਹਗੀਰਾਂ ਦੀ ਯੂਐਸਏ ਨੂੰ ਨਵਾਂ ਮਤ ਕਰੇਗੀ, ਕਿੱਦਾਂ ਦੇਖਦੇ ਹੋ? ਹਾਂਜੀ ਉਹਨਾਂ ਨੂੰ ਦਵਾਈ ਦਵੂਈ ਦਿੱਤੀ ਆ, ਬਹੁਤ ਵਧੀਆ ਮਤ ਕੀਤਾ। ਤੁਹਾਨੂੰ ਫਸਟ ਏਡ ਦਿੱਤੀ ਗਈ, ਮੈਡੀਸਨ ਲਗਾਈ ਗਈ ਤੁਹਾਡੀ? ਹਾਂਜੀ ਹਾਂਜੀ। ਇਹ ਸਰ ਅਸੀਂ ਹੁਣ ਜਦੋਂ ਸਵੇਰ ਹੁਣ ਪੈਟਰੋਲਿੰਗ ਕਰਨ ਡਿਆ ਸੀ ਨਾ, ਉਹਦੇ ਦੌਰਾਨ ਇਹ ਧਾਰੀਵਾਲ ਕੋਲ ਟਾਇਰ ਫਟ ਗਿਆ ਗੱਡੀ ਦਾ ਅਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ, ਉਹਦੇ ਕਰਕੇ ਪਲਟ ਗਈ ਗੱਡੀ ਅਤੇ ਡਰਾਈਵਰ ਨੂੰ ਫਸਟ ਏਡ ਦਿੱਤੀ ਆ। ਠੀਕ ਹੈ, ਉਹਨਾਂ ਦੇ ਸੱਟਾਂ ਮਾਮੂਲੀ ਸੱਟਾਂ ਲੱਗੀਆਂ, ਬਚਾਅ ਹੋ ਗਿਆ ਨਾਲ। ਪੱਥਰਾਂ ਦੇ ਨਾਲ ਭਰੇ ਇੱਕ ਟਿੱਪਰ ਦਾ ਅਚਾਨਕ ਟਾਇਰ ਫਟਿਆ, ਜਿਸ ਤੋਂ ਬਾਅਦ ਟਿੱਪਰ ਕਈ ਪਲਟੀਆਂ ਖਾਂਦਾ ਹੋਇਆ ਡਿਵਾਈਡਰ ਦੇ ਉੱਤੇ ਜਾ ਪਲਟਿਆ। ਤਾਂ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਟਿੱਪਰ ਜੋ ਹੈ ਉਹ ਪਲਟਿਆ ਹੋਇਆ ਡਿਵਾਈਡਰ 'ਤੇ ਨਜ਼ਰ ਆ ਰਿਹਾ। ਦੱਸਿਆ ਜਾ ਰਿਹਾ ਕਿ ਟਿੱਪਰ ਜੋ ਹੈ ਉਹ ਪੱਥਰਾਂ ਦੇ ਨਾਲ ਭਰਿਆ ਹੋਇਆ ਸੀ, ਅਤੇ ਅਚਾਨਕ ਹੀ ਇਸਦਾ ਜਦੋਂ ਅਗਲਾ ਟਾਇਰ ਫਟ ਜਾਂਦਾ, ਸਪੀਡ ਜ਼ਿਆਦਾ ਹੋਣ ਦੇ ਕਾਰਨ ਇਹ ਬੇਕਾਬੂ ਹੋ ਜਾਂਦਾ, ਅਤੇ ਬੇਕਾਬੂ ਹੋਣ ਤੋਂ ਬਾਅਦ ਜਦੋਂ ਚਾਲਕ ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਤੋਂ ਬਾਅਦ ਇਹ ਕਈ ਪਲਟੀਆਂ ਖਾਂਦਾ ਹੋਇਆ ਸੜਕ ਦੇ ਉੱਤੇ ਜਾ ਕੇ ਸਿੱਧਾ ਹੀ ਡਿਵਾਈਡਰ ਦੇ ਉੱਪਰ ਚੜ ਜਾਂਦਾ, ਅਤੇ ਉੱਥੇ ਪਲਟੀ ਹੋ ਜਾਂਦਾ, ਜਿਸ ਤੋਂ ਬਾਅਦ ਸਾਰੇ ਹੀ ਪੱਥਰ ਸੜਕ ਦੇ ਉੱਪਰ ਖਿੰਡ ਜਾਂਦੇ ਨੇ, ਜਿਸ ਤੋਂ ਬਾਅਦ ਮੌਕੇ 'ਤੇ ਹੁਣ SSF ਦੀ ਟੀਮ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ SSF ਦੇ ਵੱਲੋਂ ਚਾਲਕ ਨੂੰ ਪਹਿਲਾਂ ਫਸਟ ਏਡ ਦਿੱਤੀ ਗਈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਚਾਲਕ ਦੇ ਹਲਕੀਆਂ ਸੱਟਾਂ ਲੱਗੀਆਂ ਨੇ, ਗਨੀਮਤ ਰਹੀ ਹੈ ਕਿ ਉਸਦੀ ਜਾਨ ਬਚ ਗਈ, ਪਰ ਕਿਤੇ ਨਾ ਕਿਤੇ ਇੱਕ ਵੱਡਾ ਹਾਦਸਾ ਹੋਣ ਤੋਂ ਵੀ ਬਚਾ ਰਿਹਾ। ਤਾਂ ਇਹ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਟਿੱਪਰ ਦਾ ਟਾਇਰ ਫਟਣ ਦੇ ਕਾਰਨ ਪਲਟੀ ਹੋਇਆ। ਗਨੀਮਤ ਰਹੀ ਹੈ ਕਿ ਆਲੇ ਦੁਆਲੇ ਹੋਰ ਕੋਈ ਗੱਡੀ ਨਹੀਂ ਸੀ ਜਾ ਰਹੀ, ਨਹੀਂ ਤਾਂ ਕੋਈ ਨਾ ਕੋਈ ਵੱਡਾ ਹਾਦਸਾ
ਜ਼ਰੂਰ ਵਾਪਰ ਸਕਦਾ ਸੀ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਚਾਲਕ ਦੇ ਵੱਲੋਂ ਵੀ ਆਪਣੀ ਸਮਝਦਾਰੀ ਦਿਖਾਈ ਗਈ, ਜਿਸ ਤੋਂ ਬਾਅਦ ਚਾਲਕ ਨੇ ਹੀ ਕਿਹਾ ਜਾ ਰਿਹਾ ਕਿ ਜਦੋਂ ਉਸਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਜੋ ਹੈ ਉਹ ਡਿਵਾਈਡਰ ਦੇ ਉੱਪਰ ਚੜ ਜਾਂਦੀ ਹੈ, ਜਿਸ ਤੋਂ ਬਾਅਦ ਗੱਡੀ ਪਲਟੀ ਹੋ ਜਾਂਦੀ ਹੈ ਅਤੇ ਉਸਦੇ ਵਿੱਚ ਚਾਲਕ ਦੇ ਗੰਭੀਰ ਸੱਟਾਂ ਲੱਗਦੀਆਂ ਨੇ। ਤਾਂ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਇਹ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ, ਪਰ ਇਸ ਸਮਝਦਾਰੀ ਨੇ ਕਿਤੇ ਨਾ ਕਿਤੇ ਕਈ ਲੋਕਾਂ ਦੀ ਜਾਨ ਵੀ ਜੋ ਹੈ ਉਹ ਜ਼ਰੂਰ ਬਚਾ ਦਿੱਤੀ ਹੈ। ਹਾਜੀ ਫੁਰ ਤੋਂ ਆਉਂਦਾ ਇਹ ਭਰ ਕੇ ਕਿਹੜੀ ਜਗ੍ਹਾ ਜਾਣਾ ਸੀ? ਜਾਣਾ ਸੀ ਬਟਾਲੇ ਜਾਣਾ ਹੈ। ਕਿਸ ਤਰ੍ਹਾਂ ਪਲਟ ਗਿਆ? ਅੱਲਾ ਟਾਇਰ ਪਲਟਣ ਕਰਕੇ ਗੱਡੀ ਖਿੱਚ ਕੇ ਲੈ ਗਈ ਤੇ ਗੱਡੀ ਨਾਲ ਹੀ ਪਲਟ ਗਈ। ਹਾਂਜੀ ਇਕੱਲੇ। ਹਾਂਜੀ ਸੱਟਾਂ ਫੋੜੀਆਂ, ਮੱਥੇ ਲੱਗੀਆਂ ਮਾੜੀ ਮੋਟੀਆਂ। ਬਾਹਰ ਪੁਲਿਸ ਵਾਲਿਆਂ ਨੇ ਕੱਢਿਆ ਆਣ ਕੇ। ਹਾਂਜੀ ਜੋ ਭਗਵੰਤ ਮਾਨ ਦਾ ਉਪਰਾਲਾ ਹੈਗਾ ਸਿੱਖ ਰੱਖਾ ਫੋਰਸ ਜਿਹੜੀ ਆ ਰਾਹਗੀਰਾਂ ਦੀ ਜੋ ਅਕਸੀਜਨ ਹੁੰਦਾ ਉਹ ਮਤਗੜੇ ਕੀ ਕਿੱਦਾਂ ਦੇਖਦੇ ਹੋ? ਹਾਂਜੀ ਉਹਨਾਂ ਨੂੰ ਦਵਾਈ ਦਵੂਈ ਦਿੱਤੀ ਆ, ਬਹੁਤ ਵਧੀਆ ਮਦਦ ਕੀਤੀ। ਫਸਟ ਏਡ ਦਿੱਤੀ ਗਈ, ਮੈਡੀਸਨ ਲਗਾਈ ਗਈ ਤੁਹਾਡੀ? ਹਾਂਜੀ ਹਾਂਜੀ। ਇਹ ਸਰ ਅਸੀਂ ਹੁਣ ਜਦੋਂ ਸਵੇਰ ਹੁਣ ਪੈਟਰੋਲਿੰਗ ਕਰਨ ਡਿਆ ਸੀ ਨਾ, ਉਹਦੇ ਦੌਰਾਨ ਇਹ ਧਾਰੀਵਾਲ ਕੋਲ ਟਾਇਰ ਫਟ ਗਿਆ ਗੱਡੀ ਦਾ ਅਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ, ਉਹਦੇ ਕਰਕੇ ਪਲਟ ਗਈ ਗੱਡੀ ਅਤੇ ਡਰਾਈਵਰ ਨੂੰ ਫਸਟ ਏਡ ਦਿੱਤੀ ਆ। ਠੀਕ ਹੈ, ਉਹਨਾਂ ਦੇ ਸੱਟਾਂ ਮਾਮੂਲੀ ਸੱਟਾਂ ਲੱਗੀਆਂ, ਬਚਾਅ ਹੋ ਗਿਆ ਉਹਨਾਂ ਦਾ।